ਸਤਿ ਸ਼੍ਰੀ ਅਕਾਲ, ਮੈਂ ਅਮਨਪ੍ਰੀਤ ਕੌਰ। ਅਕਾਲ ਚੈਨਲ ਵੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਤੇ ਅੱਜ ਅਸੀਂ ਗੱਲ ਕਰਾਂਗੇ ਉਸ ਦੁਖਦਾਇਕ ਘਟਨਾ ਦੀ, ਉਸ ਮਾਸੂਮ ਬੱਚੇ ਦੀ ਜੋ ਆਖਰਕਾਰ 5 ਦਿਨ ਤੱਕ ਲਗਾਤਾਰ ਜ਼ਿੰਦਗੀ ਅਤੇ ਮੌਤ ਨਾਲ ਜੂਝਦਾ ਰਹਿੰਦਾ ਹੈ ਤੇ ਆਖਰਕਾਰ ਉਹ ਜੰਗ ਲੜਦਾ ਲੜਦਾ ਹਾਰ ਜਾਂਦਾ ਹੈ। ਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਗੱਲ ਕਰਨ ਲਈ ਮੌਜੂਦ ਨੇ ਮੇਰੇ ਸਹਿਯੋਗੀ ਦੀਪਨ ਜੀ। ਦੀਪਨ ਜੀ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਦੀਪਨ ਜੀ। ਸਤਿ ਸ਼੍ਰੀ ਅਕਾਲ ਜੀ। ਦੀਪਨ ਜੀ, ਕਿਵੇਂ ਦੇਖਦੇ ਹੋ ਇਸ ਬੇਹੱਦ ਦੁਖਦਾਈ ਘਟਨਾ ਨੂੰ? ਇੱਕ ਮਾਸੂਮ 2 ਸਾਲ ਦਾ ਬੱਚਾ ਫਤਿਹਵੀਰ ਸਿੰਘ, ਜੋ ਕਿ ਖੇਡਦਾ ਖੇਡਦਾ ਬੋਰਵੈਲ ਦੇ ਵਿੱਚ ਡਿੱਗ ਜਾਂਦਾ ਹੈ ਤੇ 5 ਦਿਨ ਜਿੱਦੋ ਜਹਿਦ ਕਰਨ ਦੇ ਬਾਵਜੂਦ ਵੀ ਬੱਚਾ ਨਹੀਂ ਕੱਢਿਆ ਜਾਂਦਾ ਅਤੇ ਜਦੋਂ 6ਵੇਂ ਦਿਨ ਕੱਢਿਆ ਜਾਂਦਾ ਤਾਂ ਉਸਦੀ ਮੌਤ ਹੋ ਜਾਂਦੀ ਹੈ ਤੇ ਫਤਿਹਵੀਰ ਸਿੰਘ ਨੇ ਆਪਣਾ ਜਨਮ ਦਿਨ ਵੀ ਬੋਰਵੈਲ ਦੇ ਵਿੱਚ ਹੀ ਮਨਾਇਆ। ਦੱਸ ਦਈਏ ਕਿ 10 ਜੂਨ ਨੂੰ ਫਤਿਹਵੀਰ ਸਿੰਘ ਦਾ ਜਨਮ ਦਿਨ ਸੀ। ਲੋਕਾਂ ਵੱਲੋਂ ਆਸਾਂ ਕੀਤੀਆਂ ਜਾ ਰਹੀਆਂ ਸੀ ਕਿ ਫਤਿਹਵੀਰ ਜਦੋਂ ਬਾਹਰ ਆਵੇਗਾ ਤਾਂ ਉਸਦਾ ਜਨਮ ਦਿਨ ਮਨਾਇਆ ਜਾਵੇਗਾ, ਉਸਦੀਆਂ ਕਿਲਕਾਰੀਆਂ ਸੁਣਨ ਨੂੰ ਮਿਲਣਗੀਆਂ, ਮਾਪਿਆਂ ਨੂੰ ਉਹਨਾਂ ਦਾ ਪੁੱਤਰ ਮਿਲ ਜਾਵੇਗਾ, ਕਿਉਂਕਿ 7 ਸਾਲ ਬਾਅਦ ਫਤਿਹਵੀਰ ਸਿੰਘ ਦਾ ਜਨਮ ਹੋਇਆ ਸੀ। ਤੁਸੀਂ ਕੀ ਕਹੋਗੇ ਇਸ ਘਟਨਾ ਦੇ ਬਾਰੇ? ਜੀ ਅਮਨ, ਫਤਿਹਵੀਰ ਸਿੰਘ ਇੱਕ ਨਿੱਕਾ ਜਿਹਾ ਮਾਸੂਮ ਬੱਚਾ ਜੋ 6 ਜੂਨ ਨੂੰ ਵੀਰਵਾਰ ਨੂੰ ਬੋਰਵੈਲ 'ਚ ਡਿੱਗ ਗਿਆ ਸੀ ਤੇ ਬੱਚੇ ਨੂੰ ਬਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ। ਵੱਡੀ ਗਿਣਤੀ 'ਚ NDRF ਦੀ ਟੀਮ ਉੱਥੇ ਪਹੁੰਚੀ, ਲੋਕਾਂ ਵੱਲੋਂ ਵੀ ਉਹਨਾਂ ਦੀ ਮਦਦ ਕੀਤੀ ਗਈ, ਲੋਕਾਂ ਨੇ ਵੀ ਜਿੰਨਾ ਹੋ ਸਕਿਆ ਆਪਣਾ ਜੋ ਉਹਨਾਂ ਨੇ ਕੋਸ਼ਿਸ਼ ਸੀ ਉਹਨਾਂ ਨੇ ਕੀਤੀ NDRF ਦੇ ਨਾਲ ਕਿ ਜੋ ਉਹਨਾਂ ਸਹਾਇਤਾ ਸੀ ਕਰ ਸਕਦੇ ਸੀ ਉਹਨਾਂ ਨੇ ਆਪਣਾ ਜੀ ਸਹਿਯੋਗ ਦਿੱਤਾ, ਪਰਿਵਾਰ ਵਾਲਿਆਂ ਨੂੰ ਦਿਲਾਸਾ ਦਿੱਤਾ, ਪਰਿਵਾਰ ਵਾਲਿਆਂ ਦੇ ਨਾਲ ਖੜੀ। ਬੀਤੀ ਰਾਤ ਜੋ ਬਚਾਵ ਕਾਰਜ ਕੀਤੇ ਗਏ, ਪਰ 5 ਦਿਨ ਜੋ ਬਚਾਵ ਕਾਰਜ ਚੱਲਿਆ, ਪਰ 6ਵੇਂ ਦਿਨ ਜੋ ਸਵੇਰੇ ਨੂੰ ਆ ਕੇ ਫਤਿਹਵੀਰ ਸਿੰਘ ਜੋ ਆਪਣੀ ਜ਼ਿੰਦਗੀ ਦੀ ਜਿਹੜੀ ਇੱਕ ਸੀ ਸਾਹ ਸੀ ਉਹ ਛੱਡ ਗਿਆ ਤੇ ਉਹਨੂੰ ਬਚਾਇਆ ਨਹੀਂ ਜਾ ਸਕਿਆ। ਜੀ ਦੀਪਨ ਜੀ, ਇੱਕ ਵੱਡਾ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਹੈ ਕਿ ਕੁੰਡੀ ਪਾ ਕੇ ਫਤਿਹਵੀਰ ਸਿੰਘ ਨੂੰ ਕੱਢਿਆ ਗਿਆ, ਜੇਕਰ ਇਸ ਤਰੀਕੇ ਨਾਲ ਬੱਚੇ ਨੂੰ ਪਹਿਲਾਂ ਹੀ ਬਾਹਰ ਕੱਢਣਾ ਸੀਗੇ ਤਾਂ ਫਿਰ 5 ਦਿਨ ਦਾ ਇੰਤਜ਼ਾਰ ਕਿਉਂ ਕੀਤਾ? ਆਖਿਰ ਪਹਿਲਾਂ ਹੀ ਅਜਿਹਾ ਕੁੰਡੀ ਪਾ ਕੇ ਉਸਨੂੰ ਕੱਢ ਲੈਣਾ ਚਾਹੀਦਾ ਸੀਗਾ ਤਾਂ ਸ਼ਾਇਦ ਉਸਦੀ ਜਾਨ ਬਚ ਸਕਦੀ, ਪਰ ਅਫਸੋਸ ਕਿ ਅਜਿਹਾ ਨਹੀਂ ਕੀਤਾ ਗਿਆ, ਸਿਰਫ ਇੱਕ ਟਾਈਮ ਹੀ ਟਪਾਇਆ ਗਿਆ। ਜੀ ਮੈਂ, ਤੁਸੀਂ ਬਿਲਕੁਲ ਸਹੀ ਕਿਹਾ, ਬੱਚੇ ਦੀ ਜਾਨ ਨੂੰ ਬਚਾਇਆ ਜਾ ਸਕਦਾ ਸੀ ਪਰ ਬਚਾਇਆ ਨਹੀਂ ਜਾ ਸਕਿਆ, ਕਿਉਂਕਿ ਇੱਥੇ ਵੱਡੀ ਲਾਪਰਵਾਹੀ ਹੈ ਜਿਹੜੀ ਉਹ ਪ੍ਰਸ਼ਾਸਨ ਦੀ ਸਰਕਾਰ ਦੀ ਦੇਖਣ ਨੂੰ ਮਿਲੀ ਹੈ, ਜਿਹਨਾਂ ਬਹੁਤ ਸੁਸਤ ਰਫਤਾਰ ਨਾਲ ਰੈਸਕਿਊ ਚਲਾਇਆ। ਬਾਰ ਬਾਰ ਕਦੇ ਜੋ ਨਵਾਂ ਬੋਰਵੈਲ ਖੋਦਿਆ ਜਾ ਰਿਹਾ ਸੀ ਉਸਦੇ ਜ਼ਰੀਏ ਕਦੇ ਹੇਠਾਂ ਜਾਇਆ ਜਾਂਦਾ ਸੀ, ਕਦੇ ਉੱਪਰ ਆਇਆ ਜਾਂਦਾ ਸੀ, ਪਰ ਬੱਚੇ ਨੂੰ ਟਰੇਸ ਨਹੀਂ ਕੀਤਾ ਗਿਆ ਸੀ ਆਖਰੀ ਮੂਮੈਂਟ ਤੱਕ, ਆਖਰੀ ਮੌਕੇ ਤੱਕ। ਇੱਥੇ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਦੱਸਣਾ ਚਾਹਾਂਗਾ ਕਿ ਲੋਕੀ ਸ਼ੁਰੂ ਤੋਂ ਕਹਿ ਰਹੇ ਸੀਗੇ ਪ੍ਰਸ਼ਾਸਨ ਨੂੰ ਕਿ ਆਰਮੀ ਬੁਲਾਈ ਜਾਵੇ, ਆਰਮੀ ਬੁਲਾਈ ਜਾਵੇ, ਆਰਮੀ ਨੂੰ ਉੱਥੇ ਪਹੁੰਚਣ ਤੱਕ ਆਉਣ ਦੇ ਵਿੱਚ 5 ਦਿਨ ਦਾ ਸਮਾਂ ਲੱਗ ਗਿਆ, ਕਿਉਂਕਿ ਆਰਮੀ ਤਾਂ ਹੀ ਆਉਂਦੀ ਪੰਜ ਉਹਨਾਂ ਨੂੰ ਆਰਡਰ ਮਿਲਦੇ, ਉਹਨਾਂ ਨੂੰ ਆਰਡਰ ਹੀ ਨਹੀਂ ਦਿੱਤੇ। ਮੈਂ ਇਸੇ ਗੱਲ ਦੱਸਣਾ ਚਾਹਾਂਗਾ ਵੀ ਜ਼ਿਲ੍ਹਾ ਮੈਜਿਸਟ੍ਰੇਟ ਜਿਹੜਾ ਹੁੰਦਾ ਹੈ ਜੋ ਕਿ ਹਰ ਜ਼ਿਲ੍ਹੇ ਦੇ ਵਿੱਚ ਹੁੰਦਾ ਹੈ, ਉਹਨਾਂ ਕੋਲ ਪੂਰੀ ਪਾਵਰਸ ਹੁੰਦੀ ਹੈ, ਉਹਨਾਂ ਨੂੰ ਅਧਿਕਾਰ ਹੁੰਦੇ ਨੇ, ਇਹ ਅਧਿਕਾਰ ਉਹਨਾਂ ਨੂੰ ਆਜ਼ਾਦੀ ਤੋਂ ਪਹਿਲਾਂ ਦੀ ਮਿਲੇ ਪਏ ਨੇ ਕਿ ਜਿਹੜਾ ਜ਼ਿਲ੍ਹਾ ਮੈਜਿਸਟ੍ਰੇਟ ਹੁੰਦਾ ਹੈ ਉਹਨਾਂ ਕੋਲ ਪਾਵਰਸ ਹੁੰਦੀ ਹੈ, ਉਸ ਕੋਲ ਪਾਵਰ ਕੀ ਹੁੰਦੀ ਹੈ ਕਿ ਉਹ ਆਰਮੀ ਨੂੰ ਬੁਲਾ ਸਕਦਾ ਹੈ, ਚਾਹੇ ਹੜ੍ਹ ਆ ਜਾਵੇ, ਚਾਹੇ ਕਿਤੇ ਅੱਗ ਲੱਗ ਜਾਵੇ, ਚਾਹੇ ਕੋਈ ਦੰਗਾ ਹੋ ਜਾਵੇ, ਕੋਈ ਫਸਾਦ ਹੋ ਜਾਵੇ, ਜ਼ਿਲ੍ਹਾ ਮੈਜਿਸਟ੍ਰੇਟ ਕੋਲ ਪਾਵਰ ਹੁੰਦੀ ਹੈ ਉਹ ਆਰਮੀ ਨੂੰ ਬੁਲਾ ਕੇ ਉੱਥੇ ਲਾ ਸਕਦਾ ਤੇ ਆਰਮੀ ਨੂੰ ਬੁਲਾ ਵੀ ਸਕਦਾ। ਤੇ ਦੂਜੀ ਗੱਲ ਉੱਥੇ ਇਹ ਆਉਂਦੀ ਹੈ ਕਿ ਹਰੇਕ ਜ਼ਿਲ੍ਹੇ ਵਿੱਚ ਆਰਮੀ ਵਾਲੇ ਕੈਂਪ ਨੇ, ਆਰਮੀ ਵਾਲਿਆਂ ਦੇ ਕਹਿ ਲਓ ਕਿ ਕੈਂਟ ਨੇ, ਉੱਥੇ ਆਰਮੀ ਆਰਮੀ ਨੂੰ ਕਿਸੇ ਵੀ ਜ਼ਿਲ੍ਹੇ ਚ ਕਿਸੇ ਵੀ ਜਗ੍ਹਾ ਤੇ ਪਹੁੰਚਣ ਨੂੰ 1.5 ਘੰਟੇ ਤੋਂ ਵੱਧ ਸਮਾਂ ਮੈਨੂੰ ਲੱਗਦਾ ਨਹੀਂ ਲੱਗੂਗਾ, ਨਹੀਂ ਲੱਗੂਗਾ, ਪਰ ਫਿਰ ਵੀ ਉੱਥੇ ਪਹੁੰਚਣ ਚ 5 ਦਿਨ ਦਾ ਸਮਾਂ ਲੱਗ ਗਿਆ, ਇੱਕ ਵੱਡਾ ਸਵਾਲ ਹੈ ਜੀ। ਵਿਪਨ ਜੀ, ਸਵਾਲ ਹੈ ਪਰ ਇੱਥੇ ਲੋਕਾਂ ਦਾ ਜੋ ਮੰਗ ਸੀਗੀ ਉਹ ਬਿਲਕੁਲ ਜਾਇਜ਼ ਸੀਗੀ, ਕਿਉਂਕਿ 5 ਦਿਨ ਤੋਂ ਲਗਾਤਾਰ ਲੋਕ ਵੀ ਮਦਦ ਕਰ ਰਹੇ ਸੀਗੇ, NDRF ਦੀ ਟੀਮ ਲੱਗੀ ਹੋਈ ਸੀ ਇਸ ਕੰਮ ਦੇ ਵਿੱਚ ਵੀ, ਸ਼ਾਇਦ ਫਤਿਹਵੀਰ ਸਿੰਘ ਨੂੰ ਹੁਣ ਬਾਹਰ ਕੱਢ ਲਿਆ ਜਾਊਗਾ। ਮੈਂ ਵੀ ਕਹੂੰਗਾ ਜੇ ਆਪਾਂ ਦੇਖਾਂਗੇ ਨਾ NDRF ਦੀ ਟੀਮ ਜਿਹੜੀ ਹੈ ਉਹ ਇੱਕ ਨਾ ਇੱਕ ਦਰਸ਼ਕ ਬਣੀ ਖੜੀ ਹੈ ਉੱਥੇ ਜੀ, ਉਹ ਜ਼ਿਆਦਾ ਆਪਣੀ ਕੋਈ ਸੈਂਸ ਆਪਣੀ ਕੋਈ ਟੈਕਨੀਕ ਉਹਨਾਂ ਨੂੰ ਦੱਸਿਆ ਜਾਂਦਾ, ਜਿੱਦਾਂ ਉਹਨਾਂ ਨੇ ਕੁਝ ਵੀ ਉਦੋਂ ਨਹੀਂ ਦਿਖਾਇਆ ਆਪਣਾ, ਉੱਥੇ ਆਮ ਲੋਕ ਹੱਥਾਂ ਨਾਲ ਕੱਢਦੇ ਪਏ ਨੇ। ਦੇਖੋ ਅੱਜ 21ਵੀਂ ਸਦੀ ਹੈ, ਆਪਾਂ ਡਿਜੀਟਲ ਇੰਡੀਆ ਦੀ ਗੱਲ ਕਰਦੇ ਹਾਂ, ਤਕਨੀਕੀ ਯੁੱਗ ਦੀ ਗੱਲ ਕਰਦੇ ਹਾਂ ਤੇ ਆਪਾਂ ਹੱਥਾਂ ਦੇ ਨਾਲ ਮਿੱਟੀ ਪਟ ਪਟ ਕੇ ਕੱਢਦੇ ਪਏ ਹਾਂ। ਤੇ ਦੀਪਨ ਜੀ, ਇੱਕ ਵੱਡੀ ਗੱਲ ਹੋਰ, ਤੇ ਉੱਥੇ ਜਦੋਂ ਵੀ ਇਹ ਮੀਡੀਆ ਦੀ ਰਿਪੋਰਟ ਸਾਹਮਣੇ ਆਈਆਂ ਤੇ ਲੋਕਾਂ ਨੇ ਇਹੀ ਕਿਹਾ ਵੀ ਉਹਨਾਂ ਦੇ ਕੋਲ ਪੂਰਾ ਸਮਾਨ ਹੀ ਨਹੀਂ ਸੀ, ਆਪਣਾ ਪੂਰਾ ਸਮਾਨ ਨਹੀਂ ਲੈ ਕੇ ਆਏ। ਸਮਾਨ ਤਾਂ ਛੱਡੋ, ਉਹਨਾਂ ਕੋਲ ਕੋਈ ਸਟ੍ਰੈਟਜੀ ਹੀ ਨਹੀਂ ਸੀ, ਜੀ ਜੀ ਉਹਨਾਂ ਕੋਲ ਇਹੀ ਨਹੀਂ ਸੀ ਕਿ ਕਿਵੇਂ ਬੱਚੇ ਨੂੰ ਕੱਢਣਾ ਹੈ, ਜੀ ਉਹਨਾਂ ਨੇ ਜੋ ਸੁਰੰਗ ਖੋਦੀ ਗਿਆ ਉਹਦਾ ਐਂਗਲ ਗਲਤ ਹੋ ਰਿਹਾ, ਜੀ ਉਸ ਨੂੰ ਆਖਰੀ ਟਾਈਮ ਤੇ ਵੀ ਲੋਕੇਟ ਨਹੀਂ ਕਰ ਪਾਈ, ਜੀ ਉਹਨਾਂ ਨੂੰ ਕੋਲ ਸਿਸਟਮ ਨਹੀਂ ਸੀ, ਕੋਈ ਕੰਪਾਸ ਨਹੀਂ ਉਹਨਾਂ ਨੇ ਯੂਜ਼ ਕੀਤੇ ਨਹੀਂ ਕੀਤੀ, ਗੱਲ ਨਹੀਂ ਬਣੀ ਉਹਨਾਂ ਦੀ, ਉਹਨਾਂ ਤੋਂ ਕੁਝ ਹੋ ਹੀ ਨਹੀਂ ਪਾਇਆ NDRF ਤੋਂ ਟੀਮ ਤੋਂ, ਤੇ ਆਮ ਲੋਕੀ ਲੱਗੇ ਵੀ ਉੱਥੇ ਤੇ ਜਿਹੜੇ ਆਮ ਲੋਕੀ ਲੱਗੇ ਵੀ ਪਿਆ ਉਹਨਾਂ ਦੇ ਪਾਸੇ ਕੋਈ ਸਹੂਲਤਾਂ ਨਹੀਂ, ਧੁੱਪ ਚੈਨ ਚ ਖੜੇ ਆ, ਜੀ ਜੀ ਕੋਈ ਪੀਣ ਦਾ ਪਾਣੀ ਦਾ ਪ੍ਰਬੰਧ ਨਹੀਂ, ਕੋਈ ਸ਼ੈੱਡ ਨਹੀਂ,
मतलब 5 दिन तक लोगों ने उत्थे एक पहरा दिता अरदासां कीतियां उस मासूम बच्चे दे लई पर NDRF ने ते प्रशासन दे कान तक जूं तक नहीं सिरकी भी शायद आर्मी नूं बुलाया जावे ते शायद आर्मी पहलां पहुंच जांदी तां शायद मासूम अज फतेहवीर सिंह साडे विच जिंदा हुंदा। मैं इही कहना चाहांगा कि ये सारे दे सारे एक रेस्क्यू ऑपरेशन नूं एक मजाक जां कह लो जी एक्सपेरिमेंट जी कि उरे एक्सपेरिमेंट कर लो जिन्ने हुंदे ने जो जां ओ कोई मिनिस्टर दा बच्चा तां है नहीं सी मिनिस्टर दा कोई बच्चा गिरा हुआ हुंदा तां तुहानूं यकीन दिवांदा है जी विदेशां तों वी जिहड़ी मशीनां जो टेक्नोलॉजी ओ जी अगले दिन ही पहुंच जांदी ओ पहुंच जांदी बच्चा निकल जाणा सी कहरो कि गरीब किसान दा बच्चा सी उस ते तां ज्यादा जोर नहीं दित्ता गया ज्यादा कोई टेक्निक नहीं यूज कीती गई कोई स्ट्रेटजी ही यूज नहीं कीती गई उहदे उत्ते जी 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 हां कि केड़ी स्ट्रेटजी वरती जावे ते ऐ तुहानूं इक होर गल दसां जी ए एक भाईचारा अपना जिन्हें आप बाजीगर भाईचारा कहने हैं जी बाजीगर भाईचारे दे लोकां ने कहा कि साडी बच्ची है एक ये साडा काम ही यही है जी ओह बोरवेल दे विच जाके बच्चे नूं बाहर कढ लियाउगी जी साडा काम है जी उन्होंने भी अपना मटकाया हालांकि चलो मैं नहीं कहंदा कि ये सही है बच्चे नूं जी बचाने में दूजे दी जान पा सकदे हैं जी पर ओह शायद जमाया जांदा जे आपां नूं इस चीज़ दी पहला नॉलेज हुंदी ते दूजी गल होर है उत्थे इक ਕਹਿ ਲੋ ਕਿ ਹੋਰ ਇੱਕ ਉਹ ਸੀ ਉਹ ਲੋਕ ਸੀਗੇ ਜਿਹੜੇ ਸ਼ਾਇਦ ਬਰਫਾਂ ਦੇ ਵਿੱਚ ਬੰਦੇ ਨੂੰ ਕੱਢਦੇ ਨੇ ਜੀ ਬਰਫਾਂ ਦੇ ਵਿੱਚ ਬੰਦਾ ਤਾਂ ਜੋ ਧਸ ਜਾਂਦਾ ਨਾ ਉਹ ਬਾਹਰ ਕੱਢ ਦਿੰਦੇ ਨੇ ਜੀ ਉਹਨਾਂ ਨੇ ਕਿਹਾ ਕਿ ਸਾਨੂੰ ਮੌਕਾ ਦਿੱਤਾ ਜਾਵੇ ਤੇ ਪਹਿਲਾਂ ਤਾਂ ਪ੍ਰਸ਼ਾਸਨ ਨੇ ਉੱਥੇ NDRF ਨੇ ਮੌਕਾ ਨਹੀਂ ਦਿੱਤਾ ਉਹਨਾਂ ਨੂੰ ਅੱਗੇ ਨਹੀਂ ਆਣ ਦਿੱਤਾ ਪਰ ਜਦੋਂ ਆਖਰੀ ਦਿਨ ਸੀ ਪੰਜਵੇਂ ਦਿਨ ਦੀ ਜਦੋਂ ਰਾਤ ਹੋਈ ਸੀਗੀ ਉਦੋਂ ਉਹਨਾਂ ਨੇ ਵੀ ਮੌਕਾ ਦਿੱਤਾ ਗਿਆ ਉਹਨਾਂ ਨੂੰ ਵੀ ਲਾਇਆ ਗਿਆ ਹਾਲਾਂਕਿ ਮੌਕੇ ਤੇ ਸਫਲ ਨਹੀਂ ਹੋ ਪਾਏ ਸ਼ਾਇਦ ਟਾਈਮ ਨਹੀਂ ਸੀ ਜੋ ਵੀ ਸੀ ਜੀ ਜੀ ਤੇ ਦੀਪਨ ਜੀ ਤੁਸੀਂ ਸਹੀ ਕਿਹਾ ਵੀ NDRF ਵੱਲੋਂ ਜੋ ਪੂਰਾ ਜ਼ੋਰ ਲਗਾਇਆ ਗਿਆ ਹੈ ਨਾ ਤੇ ਲੋਕਾਂ ਦਾ ਇਹ ਕਹਿਣਾ ਕਿ ਪ੍ਰਸ਼ਾਸਨ ਨੇ ਧੋਖੇ ਦੇ ਵਿੱਚ ਰੱਖਿਆ ਵੀ 5 ਦਿਨ ਉਹਨਾਂ ਨੇ ਕੋਈ ਕਾਰਵਾਈ ਕੀਤੀ ਨਹੀਂ ਸਿਰਫ ਲਾਰੇ ਤੇ ਲਾਰੇ ਲਾਏ ਗਏ ਕਿਉਂਕਿ ਟਾਈਮ ਲਿਮਿਟ ਦਿੰਦੇ ਸੀਗੇ ਵੀ 5 ਘੰਟੇ 2 ਘੰਟੇ 15 ਮਿੰਟ ਬਾਅਦ ਬਾਹਰ ਕੱਢਿਆ ਜਾਊਗਾ ਫਤਿਹਵੀਰ ਸਿੰਘ ਨੂੰ ਪਰ ਆਰਮੀ ਆਉਣ ਕਰਕੇ ਵੀ ਲੇਟ ਹੋ ਗਏ NDRF ਦੀ ਕਾਰਗੁਜ਼ਾਰ ਤੇ ਵੱਡੇ ਸਵਾਲ ਉੱਠਣੇ ਲਾਜ਼ਮੀ ਬਣਦੇ ਨੇ ਤੇ ਦੀਪਨ ਜੀ ਇੱਕ ਗੱਲ ਹੋਰ ਤੇ ਡਿਜੀਟਲ ਇੰਡੀਆ ਦੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ 21ਵੇਂ ਸਦੀ ਦੇ ਵਿੱਚ ਵੀ ਉਧਰ ਜੇ ਆਪਾਂ ਇਸੇ ਦੀ ਗੱਲ ਨੂੰ ਲੈ ਕੇ ਕਰੀਏ ਤਾਂ ਵੱਡੀਆਂ ਵੱਡੀਆਂ ਮੂਰਤੀਆਂ ਬਣਾਈ ਜਾਂਦੀਆਂ ਨੇ ਪੈਸੇ ਖਰਚ ਕੀਤੇ ਜਾਂਦੇ ਜਦ ਕਿ ਇੱਕ ਮਾਸੂਮ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਸਾਡੇ ਕੋਲ ਕੋਈ ਤਕਨੀਕ ਹੀ ਨਹੀਂ ਸੀ ਧੋਖਾ ਹੀ ਹੈ ਅਮਨ ਜੀ ਇਹ ਬਹੁਤ ਵੱਡਾ ਇੱਕ ਪਾਸੇ ਡਿਜੀਟਲ ਇੰਡੀਆ ਦੀ ਗੱਲ ਕੀਤੀ ਜਾਂਦੀ ਹੈ ਤੇ ਮੂਰਤੀਆਂ ਬਣਾਈ ਜਾਂਦੀਆਂ ਨੇ 300 ਕਰੋੜ ਰੁਪਇਆ ਖਰਚ ਕਰਕੇ ਪਰ ਇੱਕ ਮਾਸੂਮ ਬੱਚੇ ਨੂੰ ਡਿਜੀਟਲ ਇੰਡੀਆ ਵਿੱਚ ਬਚਾਇਆ ਹੀ ਨਹੀਂ ਜਾ ਸਕਿਆ ਕੀ ਫਾਇਦਾ ਸਾਡੇ ਅਜਿਹੀ ਉਹ ਤਰੱਕੀ ਹੋਣ ਦਾ ਕਿ ਇੱਕ ਮਾਸੂਮ ਬੱਚੇ ਦੀ ਜਾਨ ਅਸੀਂ ਬਚਾ ਹੀ ਨਹੀਂ ਸਕੇ ਜੀ ਉਸ ਦੀ ਜਾਨ ਬਚਾਉਣ ਦੇ ਉਹਨਾਂ ਤੁਹਾਨੂੰ ਗੱਲ ਦੱਸਣਾ ਚਾਹਾਂਗਾ ਇੱਕ ਮੈਂ ਜੀ ਆਪਾਂ ਮਿਸਾਈਲਾਂ ਖਰੀਦਣੀਆਂ ਬੰਦੇ ਮਾਰਨ ਨੂੰ ਉਹਨਾਂ ਨੇ ਪਹਿਲਾਤੇ ਪਰ ਇੱਕ ਬੱਚੇ ਨੂੰ ਜਿਹੜਾ ਕਿ ਬੋਰਵੈਲ ਚ ਗਿਰ ਚੁੱਕੇ ਆ ਉਸ ਨੂੰ ਬਾਹਰ ਕੱਢਣ ਲਈ ਆਪਣੇ ਕੋਲ ਕੋਈ ਤਕਨੀਕ ਹੀ ਨਹੀਂ ਹੈ ਜੀ ਜੀ ਤੁਸੀਂ ਬਿਲਕੁਲ ਸਹੀ ਕਿਹਾ ਦੀਪਨ ਜੀ ਜੇਕਰ ਆਪਾਂ ਤਰੱਕੀ ਦੀ ਗੱਲ ਕਰਦੇ ਹਾਂ ਇੱਕ ਪਾਸੇ ਆਪਾਂ ਡਿਜੀਟਲ ਇੰਡੀਆ ਦੀ ਗੱਲ ਕਰ ਰਹੇ ਹਾਂ ਤੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਾਂ ਪਿਛਲੇ ਸਮੇਂ ਦੇ ਸਰਕਾਰਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਕਿ ਸੁਪਨੇ ਦਿਖਾਏ ਜਾਂਦੇ ਵੀ ਡਿਜੀਟਲ ਇੰਡੀਆ ਦੀ ਵਿੱਚ ਅਸੀਂ ਇਹ ਕਰਾਂਗੇ ਚਾਈਨਾ ਤੋਂ ਸਮਾਨ ਨਹੀਂ ਖਰੀਦਣਾ ਚਾਈਨਾ ਦੇ ਸਮਾਨ ਤੇ ਬੈਨ ਲਗਾ ਦਿੱਤਾ ਪਰ ਉਹੀ ਚਾਈਨਾ ਨੇ ਇੱਕ 2016 ਦੇ ਵਿੱਚ ਘਟਨਾ ਵਾਪਰੀ ਸੀ ਇੱਕ ਮਾਸੂਮ ਬੱਚਾ 95 ਫਿੱਟ ਖੱਡੇ ਦੇ ਵਿੱਚ ਡਿੱਗ ਜਾਂਦਾ ਹੈ ਤਾਂ ਸਿਰਫ ਮਹਿਜ਼ 2 ਘੰਟੇ ਦੇ ਵਿੱਚ ਹੀ ਉਹਨਾਂ ਦੀ ਆਰਮੀ ਦੇ ਵੱਲੋਂ ਉਹਨਾਂ ਦੀ ਫੌਜ ਦੇ ਵੱਲੋਂ ਉਸ ਮਾਸੂਮ ਬੱਚੇ ਨੂੰ ਬਾਹਰ ਕੱਢ ਲਿਆ ਜਾਂਦਾ ਜਦਕਿ ਸਾਡੇ ਕੋਲ 6 ਦਿਨ ਦਾ ਸਮਾਂ ਬੀਤ ਚੁੱਕਿਆ ਸੀਗਾ 5 ਦਿਨ ਬਿਲਕੁਲ ਖਤਮ ਹੋ ਚੁੱਕੇ ਸੀਗੇ 6ਵੇਂ ਦਿਨ ਦੀ ਸਵੇਰ ਚੜ ਚੁੱਕੀ ਸੀ ਉਸ ਤੋਂ ਬਾਵਜੂਦ ਵੀ ਫਤਿਹਵੀਰ ਸਿੰਘ ਨੂੰ ਬਾਹਰ ਕੱਢਿਆ ਜਾਂਦਾ ਉਹ ਵੀ ਕਹਿਣਾ ਚਾਹਾਂਗਾ ਉਹ ਵੀ ਬਿਲਕੁਲ ਮ੍ਰਿਤਕ ਜੀ ਜਿਹੜੀ ਸੀ ਚੀਨ ਦੀ ਗੱਲ ਕੀਤੀ ਹੈ ਨਾ ਜੀ ਚੀਨ ਨਾਲ ਗੱਲਾਂ ਕੀਤੀ ਜਾਂਦੀਆਂ ਮੁਕਾਬਲੇ ਦੀਆਂ ਜੀ ਨੂੰ ਟੱਕਰ ਦੇਣ ਦੀਆਂ ਜੀ ਅੱਜ ਚੀਨ ਛੱਡੋ ਹੋਰ ਵੀ ਜੋ ਆਸ-ਪਾਸੇ ਦੇਸ਼ ਨੇ ਉਹ ਅੱਜ ਦੇਖ ਰਹੇ ਹੋਣਗੇ ਜੀ ਕੀ ਦੇਖ ਰਹੇ ਹੋਣਗੇ ਕਿ ਭਾਰਤ ਵਿਕਾਸ ਵੱਲ ਵਧਦਾ ਜਾ ਰਿਹਾ ਹੈ ਤੇ ਇੱਕ ਬੱਚੇ ਨੂੰ ਉਹ ਬਾਹਰ ਨਹੀਂ ਕੱਢ ਸਕੇ ਉਹਨੂੰ ਪਤਾ ਲੱਗਦਾ ਕਿ ਭਾਰਤ ਆਪਣੇ ਨਾਗਰਿਕਾਂ ਲਈ ਕਿੰਨਾ ਕਾ ਉਹਨਾਂ ਬਾਰੇ ਸੋਚਦਾ ਹੈ ਉਹਨਾਂ ਨੂੰ ਕਿੰਨੇ ਕੀ ਪ੍ਰਭਾਵ ਨੇ ਨਾਗਰਿਕਾਂ ਤੇ ਜੇ ਇਹੀ ਕਿਸੇ ਹੋਰ ਕੰਟਰੀ ਹੋਈ ਹੁੰਦੀ ਨਾ ਉਹ ਆਪਣੇ ਨਾਗਰਿਕਾਂ ਨੂੰ ਬਹੁਤ ਪਹਿਲ ਦਿੰਦੇ ਨੇ ਉਹਨਾਂ ਨੂੰ ਬਹੁਤ ਉਹਨਾਂ ਦੀ ਕੇਅਰ ਕਰਦੇ ਨੇ ਧਿਆਨ ਰੱਖਦੇ ਨੇ ਉਹ ਆਪਣੇ ਨਾਗਰਿਕਾਂ ਲਈ ਹਰ ਕੁਝ ਸਭ ਕੁਝ ਕਰਨ ਨੂੰ ਤਿਆਰ ਨੇ ਬਹੁਤ ਕੰਟਰੀਆਂ ਤੇ ਆਪਾਂ ਗੱਲ ਆਪਾਂ ਟੱਕਾ ਲੈਣ ਨੂੰ ਉਹਨਾਂ ਨਾਲ ਗੱਲ ਕਰਦੇ ਆ ਕਿ ਚੀਨ ਨੂੰ ਆਪਾਂ ਬਰਾਬਰ ਪਹੁੰਚ ਰਹੇ ਆ ਆਪਾਂ ਅੱਗੇ ਵੱਧ ਰਹੇ ਆ ਜੀ ਦੁਨੀਆ ਦੇ ਨਾਲ ਆਪਾਂ ਭਾਰਤ ਤੇ ਨਹੀਂ ਬੜੀ ਬੜੀ ਗੱਲਾਂ ਮਾਰੀ ਜਾਂਦੀਆਂ ਨੇ ਅੱਜ ਉਹ ਆਪਾਂ ਨੂੰ ਦੇਖ ਰਹੀਆਂ ਹੋਣਗੀਆਂ ਜੀ ਕਿ ਆਪਾਂ ਕੀ ਕੀਤਾ ਦੇਖ ਵੀ ਰਹੀਆਂ ਹੋਣਗੀਆਂ ਵੱਡੇ ਵੱਡੇ ਸਵਾਲ ਉਹਨਾਂ ਦੇ ਮਨ ਦੇ ਵਿੱਚ ਹੋਣਗੇ ਤੇ ਹੋ ਸਕਦਾ ਲਾਂ ਤਾਂ ਪਾ ਰਹੇ ਹੋਣ ਵੀ ਇਸ ਇੰਡੀਆ ਨੂੰ ਡਿਜੀਟਲ ਕਰਨ ਦੀ ਗੱਲ ਜੋ ਪ੍ਰਧਾਨ ਮੰਤਰੀ ਆਖਦੇ ਨੇ ਤਾਂ ਉੱਥੋਂ ਦੀ ਜੇ ਸੂਬੇ ਦੇ ਵਿੱਚ ਇਹ ਘਟਨਾ ਵਾਪਰੀ ਹੈ ਉੱਥੋਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਆਪਾਂ ਗੱਲ ਕਰੀਏ ਤਾਂ ਉੱਥੇ ਜਾ ਕੇ ਖੜਦੇ ਵੀ ਨਹੀਂ ਨਾ ਤਾਂ ਪਰਿਵਾਰ ਦੇ ਸਾਰ ਲੈਂਦੇ ਆ ਨਾ ਹੀ ਉਸ ਬੱਚੇ ਦਾ ਹਾਲ ਚਾਲ ਜਾਣਨ ਦੀ ਉਹ ਕੋਸ਼ਿਸ਼ ਕਰਦੇ ਆ ਤੇ ਸਰਕਾਰ ਦੇ ਖੁੱਲਦਿਆਂ 5 ਦਿਨਾਂ ਬਾਅਦ ਜਾ ਕੇ ਹਦਾਇਤਾਂ ਜਾਰੀ ਕਰਦੇ ਨੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਵੱਲੋਂ ਕਿਹਾ ਜਾਂਦਾ ਵੀ ਜੇਕਰ ਕਿਤੇ ਵੀ ਅਜਿਹਾ ਬੋਰਵੈਲ ਖੁੱਲ੍ਹੇ ਉਸ ਨੂੰ ਬੰਦ ਕੀਤਾ ਜਾਵੇ ਫਿਰ ਉਹ ਇੱਕ
हेल्पलाइन नंबर जारी कर देने भी तुसी इस ते किते भी खड़े ने जाके तुसी जानकारी दे सकते हो। पर सब तो वड्डी गल ये है भी हुण जदों फतेहवीर सिंह दी मौत हो चुकी है तां मुख्यमंत्री साहब दुख दा प्रगटावा किस मूंह नाल कर रहे ने, जदके 5 दिनों दे विच जाके सार तक नहीं ले जांदी। ते उत्थे आपां गल करने भगवंत मान दी भी, क्योंकि लीडर चाहे कोई भी होवे, बेशक उत्थे कुछ लीडर पहुंचे ने, पर संगरूर तो सांसद भगवंत मान 2 बार जीते, वड्डी लीड दे नाल लोकां ने जिताया, पर भगवंत मान भी उत्थे दिखाई नहीं दित्ते। दीपन जी जी अमन, मुख्यमंत्री नूं लोग इस समय लानता पा रहे ने, आखिर पहला क्यों नहीं जागी सरकार? उरे हुण मुख्यमंत्री जागे ने, कल उन्होंने ट्वीट किया, कल ओह सारे जिलों दे डीसीआं नूं हुक्म जारी कर रहे ने कि किन्नियां ट्यूबवैलां जिहड़े बोर ने जिहड़े हना किन्ने बोर नंगे ने, उन्हां सारी डिटेल मैनूं दो। ते हुण लोकी जाग रहे ने कि हुण उन्हां डिटेल दो जी। चलो डिटेल जिहनां कोल पहुंच ही जांदी है तां की बंद हो जाणगीआं उह जी जी। वड्डा सवाल यह भी है भी जेकर रिपोर्ट पहुंच जाती है तो कार्रवाई होगी? सिर्फ क्योंकि कानूनों के विच रह जाते कागजी कार्रवाई तक गल्लां सीमित रह जाती ने, पर कार्रवाई किन्नी होंदी है हर एक मामले विच भली भांत चंगी तरह जानते हैं। पर सवाल तो फिर उही है कि आखिर जे रिपोर्ट पहुंच जाती है बंद हो जाती, पर फतेहवीर सिंह वापस नहीं आएगा। उधर दीपन जी मैं थोड़ी एक गल दसना चाहूंगी कि फतेहवीर सिंह की मौत लोगों के भावनावान जुड़ चुकी सी उस परिवार के नाल, भावें कि माता पिता लोग नहीं जानते, पर मासूम बच्चा कहिंदे रब दा रूप बच्चे होंदे है, पर उसकी मौत तो बाद लोगों वालों धरने शुरू कर दिए गए हैं। हालांकि पंजाब सरकार ने पहला चेतावनी दी सी कि लोगों ने कि जेकर फतेहवीर सिंह हुण ना कढ़िया गया तो पंजाब बंद कर देंगे, पर हुण उसकी मौत की खबर आ चुकी है। बेहद दुखदायक घटना वापरी है कि उसके मापिया तो एक फतेहवीर सिंह जो कि 2 साल का मासूम बच्चा से इस दुनिया नूं अलविदा आख चुका है। तो PGI के बाहर जाते जाते ही लोगों के वालों प्रोटेस्ट किया जा रहा है। लोगों का कहना है कि फतेहवीर सिंह की मौत तो बाद ही सुनाम बंद कर दिया गया, तो कल संगरूर भी बंद रहेगा। तो दीपन जी लोगों के भावनावान बेहद जुड़िया ने, अरदासा की गई सन, पर फिर भी फतेहवीर सिंह बचाया नहीं जा सकया। सवाल फिर उही कि आखिर फतेहवीर सिंह बचाया नहीं जा सकया। ठीक है, तुसी लोगों का गुस्सा आप मुहारे देखने बनता है, तो होना भी चाहिए। एक बच्चे की इन्नी दर्दनाक मौत होना, लोग क्योंकि लोगों ने बहुत अरदासा की उस बच्चे लिए, लोग उस छोटे बच्चे लिए लोगों ने बड़ी हमदर्दी दिखाई है, तो उसका ना बच पाना उन्होंने लोगों के हिरदे नु भी दिल बलुंदर गया, बहुत दुख मचाया सर। इतने तो मैं गल दस दिना एक कि जो उ लोग दस दिन जो उस टाइम उत्तर मौजूद थे कि शायद ये 3 बजे अज 3 बजे सवेरे उत्थे जो उन्होंने जो पाप खिंचते पे ना वो जो खिंचते पे शायद उन्होंने काफी उपर तक लिया 3 बजे तक, उन्हें सामने नेड़े पहुंच गए 10 या 20 फुट तक, पर उन्होंने बाहर नहीं कढ़िया। उत्थे लोग दस दिन इन्होंने बाहर नहीं कढ़िया, उन्ने टाइम दे विच उन्होंने 2 घंटे दे विच 3 तो 5 दे विच 2 घंटे दे विच उन्होंने पहला तो सारा उत्थे लोग देखिया कि लोग चले गए, प्रशासन ने सारा रस्ता साफ कराया, रस्ता साफ करवाण तो बाद 5 जणां कढ़िया, तो कढ़दे सार सुद्धा नूं लपेट के चिट्टे कपड़े जो PGI लै गए। जी जी, एक चीज दस दें, उरे मेरे कुछ सहयोगी डॉक्टर ने उन्होंने गल भी की इस मुद्दे उत्ते, उन्होंने मैंने एक गल दसी कि कोई भी इंसान है जिहड़ा ओह 3 दिन बिना पानी पीए नहीं बच सकता जी। जे कोई है स्ट्रोंग परसन है अपनी बॉडी रखता है ना, तो बच्चा छोटा जा जी, 2 साल जी, मासूम बच्चा। एक मैं वधिया बंदे दसदा, एक वधिया जो जवान बंदा, एक नौजवान बंदा, जे वह इन्नी गहरी जगह विच है गया, उत्थे जिन 3 दिन पानी नहीं मिलता, उन्हें डिहाइड्रेशन हो जाने, गुर्दे खराब हो जाने, दौरे पैने शुरू हो जाएंगे, बहुत कुछ। वैसे 3 दिन का ही टाइम होंदा, कहिंदे 3 दिन दे विच जे बचाया लिया जांदा, जे बाहर कढ़ लिया जांदा तां बच्चे नूं कोई ज्यादा प्रॉब्लम नहीं आनी सीगी। हालांकि माड़ा मोटा इंजर हुंदा, कितें कोई सट वज्जी भी हुंदी, उह चीजां चलो काबू कीती जाणी सी, पर 3 दिन जदों टप्पण तों बाद स्थिति जो कह लो उस बच्चे दे लई, जो हालत बच्चे दे लई नॉर्मल नहीं कह सकदे सी आपां, बहुत ज्यादा टाइम हो गया, 3 दिन दे विच जो कढ़ लैंदे तां उसकी हालत कुछ होर होनी सी। हालांकि इन्ने अंदर गया, वह काफी इंजर्ड होया, वह काफी सट्टा बजी हो गया, पर 3 दिन बिना पानी तो ओनू ऑक्सीजन दी जा रही सीगी, ऑक्सीजन सही पहुंचती सी नहीं पहुंचती रब जानदा है, तां जी ए भी नहीं पता ऑक्सीजन पहुंच जाएगी उत्थे तक। पर सब तो बड़ा सवाल यह है कि उत्थे पानी पहुंच रहा सी जी, पानी कोल पहुंचया नहीं, 3 दिन पानी पीने बिना कोई जिंदा नहीं रह सकता, जो कोई रह भी जाता उन्हें काफी तरह की प्रॉब्लम हो जाएगी, फेफड़े दी जो डॉक्टर रिपोर्ट भी चाहता वो दस देने वो। इतने जो मैं गल करदा एक पहला भी 2006 दे विच मेरे लगता शायद प्रिंस नाम का जो बच्चा सी वो हरियाणा दे विच गिरिया सीगा, उत्थे की सी जदों गिरिया भी सी ना वो इन्ना टाइम तो उसनूं लग्गिया नहीं सी इन्ना, वैसे उत्थे है ना जल्दी कर लिया सी, पर उसनूं उत्थे शायद बिस्कुट जां कोई चीजां दे सिट जांदी सीगियां, ते ओह कट कट के ओह खाई जांदा सी, ओह उहनूं उहदे कोल तक कुछ ना कुछ तां पहुंच रिहा सी जी। इहदे इह 2 साल दा बच्चा इहदे कोल तां पानी तक नहीं पहुंचिया, बिना पानी तों इन्नी जमीन दे विच कोई हैगा, 3 दिन तों डॉक्टर ने सलाह है कि 3 दिन तों बाद जो अंदर रहिंदा है तो
ਔਖਾ ਸੀ ਉਹਦਾ। ਦੇਪਨ ਜੀ ਇੱਕ ਇਹ ਵੀ ਮੌਸਮ ਦੇਖੋ, ਅੱਗ ਵਰ ਰਹੀ ਅਸਮਾਨ ਦੇ ਵੱਲੋਂ, ਤਪਦੀ ਧਰਤੀ, ਤਪਦਾ ਰੇਤ, ਜਿਸ ਦੇ ਵਿੱਚੋਂ ਧਰਤੀ ਦੇ ਵਿੱਚੋਂ ਮਾਸੂਮ ਬੱਚਾ ਡਿੱਗ ਗਿਆ। ਉਸ ਤੋਂ ਬਾਅਦ ਪਾਣੀ ਨਾ ਮਿਲਣਾ, ਸਿਰਫ ਆਕਸੀਜਨ ਮਿਲਣਾ, ਕੁਛ ਖਾਣ ਪੀਣ ਨੂੰ ਨਹੀਂ ਮਿਲਣਾ, ਤੇ ਇਹ ਵੀ ਨਹੀਂ ਪਤਾ ਵੀ ਉਸਦੀ ਮੌਤ ਕਦੋਂ ਹੋਈ। ਇਸ ਬਾਰੇ ਵੀ ਕੋਈ ਪੁਖਤਾ ਪੁਸ਼ਟੀ ਨਹੀਂ ਕੀਤੀ ਗਈ ਹਲੇ ਤੱਕ, ਕਿਉਂਕਿ ਜਾਂਚ ਤੋਂ ਬਾਅਦ ਸਾਰੀ ਗੱਲ ਸਾਹਮਣੇ ਆ। ਪਰ ਹਾਂ, ਇੰਨਾ ਜ਼ਰੂਰ ਹੈ ਵੀ ਲਾਪਰਵਾਹੀ ਜ਼ਰੂਰ ਮੰਨੀ ਜਾਂਦੀ ਹੈ ਇਹ, ਚਾਹੇ ਪ੍ਰਸ਼ਾਸਨ ਦੀ ਹੋਵੇ, ਚਾਹੇ ਪੰਜਾਬ ਸਰਕਾਰ ਦਾ ਵੱਡਾ ਫੇਲੀਅਰ ਹੋਵੇ, ਕਿਉਂਕਿ ਸਰਕਾਰ ਵੱਲੋਂ ਤੇ ਲੋਕਾਂ ਵੱਲੋਂ ਸਿਰਫ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ। ਸਰਕਾਰ ਜੇ ਚਾਹੁੰਦੀ ਤਾਂ ਕੈਪਟਨ ਅਮਰਿੰਦਰ ਸਿੰਘ ਕੁਛ ਵੀ ਕਰ ਸਕਦੇ ਸੀ, ਕਿਉਂਕਿ ਮੁੱਖ ਮੰਤਰੀ ਨੇ ਉਹਨਾਂ ਦਾ ਉੱਥੇ ਜਾਣਾ ਬਣਦਾ ਸੀਗਾ, ਭਗਵੰਤ ਮਾਨ ਦਾ ਜਾਣਾ ਬਣਦਾ ਸੀ, ਜਾਣਾ ਬਣਦਾ ਸੀ। ਤੁਸੀਂ ਦੇਖੋ ਉੱਥੇ NDRF ਜਿਹੜੀ ਨਾਮ ਕਿੰਨਾ ਵੱਡਾ NDRF ਇੰਡੀਅਨ ਹੈ ਨਾ, ਜੋ ਹੈਗੀ ਡਿਜ਼ਾਸਟਰ ਰਿਸਪੋਂਸ ਫੋਰਸ, ਤੇ ਉਹ ਕਹਿ ਲਾ ਕਿ ਦਰਸ਼ਕ ਬਣ ਕੇ ਬੈਠ ਖੜੀ ਆ ਉੱਥੇ, ਆਮ ਲੋਕਾਂ ਨੂੰ ਅੱਗੇ ਕੀਤਾ ਪਿਆ, ਉਹ ਪਿੱਛੇ ਹੀ ਹੋਈ ਪਈ ਹੈ। ਪਿੱਛੇ ਖੁਦ ਹੀ ਚਲੋ ਜੋ ਕਰਨਾ ਕਰ ਲਓ, ਕਮਾਲ ਦੀ ਗੱਲ, ਉਹਨੂੰ ਸਮਝ ਹੀ ਨਹੀਂ ਸੀਗੀ ਇਸ ਹਿਸਾਬ ਤੋਂ ਅਸੀਂ ਕਿਵੇਂ ਨਿਪਟੀਏ, ਸਮਝੋ ਟਾਈਮ ਪਿਆ ਹੋਇਆ ਸੀ। ਜਾਂ ਆਪਾਂ ਇਹ ਕਹਿ ਸਕਦੇ ਵੀ ਜਾਨ ਦੀ ਕੀਮਤ ਨਹੀਂ ਸਮਝੀ ਉਹਨਾਂ ਨੇ ਵੀ ਕਿਸੇ ਬੱਚੇ ਦੀ, ਕਿਸੇ ਵੀ ਇਨਸਾਨ ਦੀ। ਦੀਪਨ ਜੀ ਤੁਸੀਂ ਇਹ ਦੇਖ ਸਕਦੇ ਹੋ ਵੀ ਜਦੋਂ ਵੀ ਕੁਛ ਕੁ ਲੋਕ ਇੱਦਾਂ ਦੇ ਹੁੰਦੇ, ਜਦੋਂ ਕੋਈ ਸੜਕ ਹਾਦਸਾ ਹੁੰਦਾ, ਕਿਸੇ ਜਾਨਵਰ ਦੀ ਮੌਤ ਹੁੰਦੀ ਹੈ, ਤਾਂ ਉਸ ਤੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ, ਪਰ ਇੱਕ ਮਾਸੂਮ ਨੰਨੀ ਜਾਨ ਦੀ ਵੀ ਇਹਨੇ ਪਰਵਾਹ ਨਹੀਂ ਕੀਤੀ। ਪ੍ਰਸ਼ਾਸਨ ਨੇ ਪਰਵਾਹ ਨਹੀਂ ਕੀਤੀ, ਮੁੱਖ ਮੰਤਰੀ ਸਾਹਿਬ ਨੇ ਪਰਵਾਹ ਨਹੀਂ ਕੀਤੀ, ਨੇਤਾ ਨੇ ਕਿਸੇ ਨੇ ਪਰਵਾਹ ਨਹੀਂ ਕੀਤੀ, ਸਿਰਫ ਵੱਡੀਆਂ ਵੱਡੀਆਂ ਗੱਲਾਂ ਲਾਰੇ ਕਹੇ ਜਾਂਦੇ ਨੇ, ਤੇ NDRF ਜਿਨ੍ਹਾਂ ਨੂੰ ਇੱਕ ਜ਼ਿੰਮੇਵਾਰ ਦਿੱਤੀ ਗਈ, ਭਰੋਸਾ ਜਿਤਾਇਆ ਗਿਆ, ਲੋਕਾਂ ਦਾ ਭਰੋਸਾ ਸੀਗਾ ਉਹਨਾਂ ਤੇ ਮਾਂ ਬਾਪਾਂ ਦੀਆਂ ਅਰਦਾਸਾਂ ਜੁੜੀਆਂ ਹੋਈਆਂ ਸੀਗੀਆਂ, ਉਮੀਦਾਂ ਵੀ ਸ਼ਾਇਦ ਸਾਡੇ ਬੱਚੇ ਨੂੰ NDRF ਦੀ ਟੀਮ ਕੱਢ ਲਊਗੀ, ਪਰ ਸਭ ਕੁਛ ਉਮੀਦਾਂ ਤੇ ਉਹਨਾਂ ਨੇ ਪਾਣੀ ਫੇਰ ਦਿੱਤਾ, ਤੇ ਆਪਣੇ ਆਪ ਤੇ ਵੀ ਇੱਕ ਵੱਡਾ ਸਵਾਲ ਖੜਾ ਕਰ ਲਿਆ ਉਹਨਾਂ ਨੇ। ਜੇ ਆਪਾਂ ਅੱਜ ਗੱਲ ਕਰੀਏ ਨਾ ਕਿ ਇਸ ਵਾਰ ਜੋ ਹੋ ਗਿਆ, ਚਲੋ ਹੋ ਗਿਆ ਹੈ, ਤੇ ਅੱਗੋਂ ਦੀ ਆਪਾਂ ਪੂਰਾ ਧਿਆਨ ਰੱਖੀਏ, ਅੱਗੇ ਵਾਸਤੇ ਕੁਛ ਕਰੀਏ। ਹਾਲਾਂਕਿ ਅੱਗੇ ਵਾਸਤੇ ਕੀਤਾ ਜਾਂਦਾ ਨਹੀਂ ਕੀਤਾ ਜਾਂਦਾ, ਇਹ ਤਾਂ ਬਾਅਦ ਦੀ ਗੱਲ ਹੈ, ਪਰ ਜੋ ਇਹ ਨੁਕਸਾਨ ਹੋਇਆ ਇਹ ਉਹ ਤਾਂ ਉੱਥੇ ਪਰਿਵਾਰ ਨੂੰ ਪੁੱਛ ਕੇ ਦੇਖੋ, ਘਾਟਾ ਕਦੇ ਪੂਰਾ ਨਹੀਂ ਪੈਣਾ ਹੈਗਾ, ਕਦੇ ਵੀ ਇਸ ਦੀ ਭਰਪਾਈ ਨਹੀਂ ਹੋਊਗੀ, ਇਸ ਦੀ ਭਰਪਾਈ ਕਦੇ ਵੀ ਨਹੀਂ ਹੋਣੀ ਜੀ, ਨਹੀਂ ਹੋਊਗੀ। ਇਹ ਸੋਚੇ ਕਿ ਆਪਾਂ ਅੱਗੇ ਕੁਛ ਕਰ ਲਾਂਗੇ, ਵਧੀਆ ਹੋ ਜਾਊ, ਵਧੀਆ ਅੱਗੇ ਕੁਛ ਹੋ ਜਾਂਦਾ, ਬਹੁਤ ਵਧੀਆ ਹੋਣਾ ਚਾਹੀਦਾ। ਖੁਦ ਲੋਕਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਕਿ ਜੇ ਬੋਰਵੈਲ ਉੱਥੇ, ਸਭ ਤੋਂ ਵੱਡੀ ਗੱਲ ਤਾਂ ਜੇ ਆਪਾਂ ਪਰਿਵਾਰ ਦੀ ਵੀ ਕਰੀਏ, ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਸੀ, ਪਰ ਇਕੱਲੇ ਪਰਿਵਾਰ ਨੂੰ ਵੀ ਨਹੀਂ। ਮੈਂ ਇਹ ਕਹਿੰਦਾ ਜੇ ਉੱਥੇ ਬੋਰਵੈਲ ਹੈ, ਉਹ ਖੁੱਲਾ ਪਿਆ ਹੈ ਨਾ, ਉਹ ਖੁੱਲਾ ਪਿਆ ਉੱਥੇ, ਕਿਸੇ ਨਾ ਕਿਸੇ ਦੇਖਿਆ ਗੁਰੂ ਜੀ ਆਉਂਦੇ ਜਾਂਦੇ ਲੋਕ, ਉੱਥੇ ਦੇਖਣਾ ਚਾਹੀਦਾ ਸੀ, ਉੱਥੇ ਆਸ ਪਾਸ ਲੋਕ ਬਥੇਰੇ ਆਉਂਦੇ ਜਾਂਦੇ ਹੋਣਗੇ ਕਿ ਕਿਸੇ ਦਾ ਧਿਆਨ ਨਹੀਂ ਪਿਆ, ਜੇ ਪਰਿਵਾਰ ਦਾ ਨਹੀਂ ਵੀ ਪਿਆ ਤਾਂ ਬਾਕੀ ਦਾ ਪੈਣਾ ਚਾਹੀਦਾ ਸੀ। ਕੋਈ ਸਮਝਦਾਰ ਬੰਦਾ ਤਾਂ ਕਹਿੰਦਾ ਕਿ ਇਹਨੂੰ ਟੱਕੋ ਭਾਈ, ਕਿਸੇ ਨੇ ਵੀ ਕੀਤਾ ਕੁਛ ਜੀ। ਤੇ ਦੀਪਨ ਜੀ ਇੱਕ ਗੱਲ ਹੋਰ ਵੀ ਸਾਹਮਣੇ ਆਈ ਹੈ ਵੀ ਜੇ ਆਪਾਂ ਜ਼ਿਲ੍ਹੇ ਦੇ DC ਦੀ ਗੱਲ ਕਰ ਲਈਏ ਹੈ ਨਾ, NDRF ਟੀਮ ਦੀ ਗੱਲ ਕਰ ਲਈਏ ਜਾਂ ਹੋਰ ਪੁਲਿਸ ਅਧਿਕਾਰੀ ਦੀ ਗੱਲ ਕਰ ਲਈਏ, ਤੁਹਾਨੂੰ ਲੱਗਦਾ ਨਾ ਵੀ ਕਿਤੇ ਨਾ ਕਿਤੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਸੀਗੇ ਵੀ ਸ਼ਾਇਦ ਜੇ ਅਸੀਂ ਕਰ ਲਾਂਗੇ ਤਾਂ ਸਾਡੇ ਬੱਲੇ ਬੱਲੇ ਹੋਊਗੀ, ਜੇ NDRF ਨੇ ਕਹਿੰਦਾ ਤਾਂ ਉਹਨਾਂ ਦੇ ਬੱਲੇ ਬੱਲੇ ਹੋਊਗੇ, ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਗਈ ਇੱਥੇ? ਬਿਲਕੁਲ, ਬਹੁਤ ਕ੍ਰੈਡਿਟ ਲੈਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਹੈ। ਚਲੋ ਕ੍ਰੈਡਿਟ ਕੋਈ ਵੀ ਲੈਂਦਾ, ਇਸ ਤੋਂ ਆਪਾਂ ਨੂੰ ਨਹੀਂ ਫਰਕ ਪੈਂਦਾ, ਮੇਨ ਤਾਂ ਸੀ ਬੱਚਾ ਬਾਹਰ ਆ ਜਾਂਦਾ ਜੀ, ਬੱਚੇ ਦੀ ਜਾਨ ਬਾਹਰ ਨਹੀਂ ਆਇਆ, ਕ੍ਰੈਡਿਟ ਲੈਣ ਨੂੰ ਕੀ ਕਰਨਗੇ, ਕ੍ਰੈਡਿਟ ਨੂੰ ਦੱਸੋ ਇਸ ਕ੍ਰੈਡਿਟ ਨੂੰ ਉਹ, ਪਰ ਜੰਗ ਉਹਨਾਂ ਦੇ ਵਿੱਚ ਇਹੀ ਚੱਲੀ ਸੀਗੀ ਵੀ ਸ਼ਾਇਦ ਜੇ ਉਹਨਾਂ ਨੇ ਕਰ ਲਿਆ ਤਾਂ ਉਹਨਾਂ ਦੀ ਵਾਹਵਾਹੀ ਹੋਊਗੀ, ਉਹਨਾਂ ਨੇ ਕਰ ਲਿਆ ਤਾਂ ਉਹਨਾਂ ਦੀ ਵਾਹ, ਪਰ ਇਹ ਨਹੀਂ ਕਿਸੇ ਨੇ ਸੋਚਿਆ ਵੀ ਉਸ ਮਾਸੂਮ ਬੱਚੇ ਤੇ ਕੀ ਬੀਤ ਰਿਹਾ ਹੈ, ਜੋ ਕਿ 5 ਦਿਨ ਤੋਂ ਲਗਾਤਾਰ ਬੋਰਵੈਲ ਦੇ ਵਿੱਚ ਫਸਿਆ ਹੋਇਆ, ਨਾ ਪਾਣੀ, ਆਕਸੀਜਨ ਦਾ ਵੀ ਨਹੀਂ ਪਤਾ ਪਹੁੰਚ ਰਹੀ ਸੀ ਜਾਂ ਨਹੀਂ। ਬਿਲਕੁਲ, ਬਹੁਤ ਕਹਿ ਲਓ ਕਿ ਨਿੰਦਿਆ ਵਾਲੀ ਗੱਲ ਹੈ ਜੀ, ਇੱਕ ਮਾਸੂਮ ਬੱਚੇ ਦੀ ਜਾਨ ਨੂੰ ਬਣੀ ਹੋਈ ਹੈ ਤੇ ਆਪਾਂ ਕ੍ਰੈਡਿਟ ਲੈਣ ਨੂੰ ਗਏ ਹੋਏ ਆ ਜੀ, ਇੱਥੇ ਇਨਸਾਨੀਅਤ ਵੀ ਤਾਂ ਦਿਖਣੀ ਨਹੀਂ ਫਿਰ ਜੀ, ਇਨਸਾਨੀਅਤ ਸ਼ਰਮਸ਼ਾਰ ਹੋ ਗਈ। ਦੀਪਨ ਜੀ ਵੱਡੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਨੇ, ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਨੇ, ਪਰ ਇਸ ਘਟਨਾ ਤੇ ਸਭ ਦਾ ਸਿਰ ਸ਼ਰਮ ਨਾਲ ਝੁਕਾ ਹੀ ਦਿੱਤਾ, ਚਾਹੇ ਉਹ ਕੋਈ ਵੀ ਹੋਵੇ, ਤੇ ਲਾਂਤਾ ਪਾਣੀਆਂ ਸਰਕਾਰ ਤੇ ਬਣਦੀਆਂ ਵੀ ਨੇ, ਕਿਉਂਕਿ ਮੀਡੀਆ ਨੇ ਆਪਣੀ ਰਿਸਪੋਂਸੀਬਿਲਟੀ ਨਿਭਾਈ ਹੈ, ਪਲ ਪਲ ਦੀ ਖਬਰ ਆਪਣੇ ਦਰਸ਼ਕਾਂ ਨੂੰ ਦਿੱਤੀ ਹੈ, ਪਰ ਫਿਰ ਵੀ ਸਰਕਾਰ ਦਾ ਫੇਲੀਅਰ ਵੱਡਾ ਹੈ, ਤੇ ਲੋਕਾਂ ਦਾ ਗੁੱਸਾ ਆਪ ਮੁਹਾਰੇ ਫੁੱਟ ਰਿਹਾ, ਜਿਸ ਦੇ ਵਜ੍ਹਾ ਕਰਕੇ ਸੁਨਾਮ ਅੱਜ ਬੰਦ ਕਰ ਦਿੱਤਾ ਗਿਆ ਰੋਸ ਦੇ ਵਜੋਂ। ਚੰਡੀਗੜ੍ਹ PGA ਦੇ ਬਾਹਰ ਪ੍ਰੋਟੈਸਟ ਹੋ ਰਿਹਾ, ਲੋਕਾਂ ਦੇ ਵੱਲੋਂ ਸਰਕਾਰ ਦੇ ਖਿਲਾਫ ਮੁਜ਼ਾਹਰੇ ਕੀਤੇ ਜਾ ਰਹੇ ਨੇ, ਸਰਕਾਰ ਨੂੰ ਲਾਂਤਾ ਪਾਈਆਂ ਜਾ ਰਹੀਆਂ ਨੇ, ਨਿੰਦਾ ਕੀਤੀ ਜਾ ਰਹੀ ਹੈ, ਤੇ ਉੱਥੇ ਹੀ ਦੀਪਨ ਜੀ ਇੱਕ ਵੱਡੀ ਗੱਲ ਦੱਸਦੇ ਵੀ ਕੱਲ ਵੀ ਸੰਗਰੂਰ ਬੰਦ ਰਹੇਗਾ। ਆਪਾਂ ਚਰਚਾ ਕੀਤੀ, ਹਰ ਇੱਕ ਪੱਖ ਨਾਲ ਆਪਾਂ ਜਾਣਨ ਦੀ ਕੋਸ਼ਿਸ਼ ਕੀਤੀ, ਤੇ ਤੁਸੀਂ ਜਾਣਦੇ ਜਾਣਦੇ ਕੀ ਕਹਿਣਾ ਚਾਹੋਗੇ? ਦੇਖੋ, ਇਸ ਘਟਨਾ ਤੇ ਮੈਂ ਇਹੀ ਕਹਿਣਾ ਚਾਹਾਂਗਾ, ਚਲੋ ਬੱਚੀ ਦੀ ਜਾਨ ਗਈ, ਉਹ ਤਾਂ ਹੁਣ ਵਾਪਸ ਆ ਨਹੀਂ ਸਕਦੀ ਜੀ, ਤੇ ਇੱਥੇ ਜੇ ਦੇਖਿਆ ਜਾਵੇ ਤਾਂ ਲੋਕੀ ਪ੍ਰਦਰਸ਼ਨ ਕਰਦੇ ਪਏ ਨੇ ਸਰਕਾਰ ਦੇ ਖਿਲਾਫ, PGI ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ, ਠੀਕ ਹੈ, ਤੇ ਹੋਰ ਵੀ ਸੰਗਰੂਰ ਸੁਨਾਮ ਜੋ ਵੀ ਹੈ ਉਹਨਾਂ ਨੇ ਕਹਿਣਾ ਕਿ ਪੰਜਾਬ ਬੰਦ ਕਰਨਾ ਹੈ ਜੀ, ਇਹ ਜੇ ਦੇਖਿਆ ਜਾਵੇ ਪੰਜਾਬ ਬੰਦ ਕਰਨਾ ਜੋ ਵੀ ਕਰਨਾ ਹੈ, ਠੀਕ ਹੈ, ਇਹ ਹੁਣ ਲੋਕਾਂ ਦਾ ਇਸ ਟਾਈਮ ਗੁੱਸਾ ਹੈ ਜੀ, ਹੁਣੀ ਹੁਣ ਜੋ ਇੱਕ
ਘਟਨਾ ਘਟੀ ਹੈ ਪਰ ਕਿੰਨੇ ਦਿਨ ਆਪਾਂ ਇਸ ਚੀਜ਼ ਨੂੰ ਕਵਰ ਕਰ ਲਾਂਗੇ 2 ਦਿਨ 3 ਦਿਨ ਆਪਾਂ 4 ਦਿਨ ਪ੍ਰਦਰਸ਼ਨ ਕਰ ਲਾਂਗੇ ਸਰਕਾਰ ਨੂੰ ਵੀ ਪਤਾ ਇਸ ਚੀਜ਼ ਦਾ ਉਸ ਤੋਂ ਬਾਅਦ ਕੀ ਹੋਏਗਾ ਜੀ ਚਲੋ ਸਭ ਆਪਣੇ ਆਪਣੇ ਕੰਮ ਕਰ ਲੈਣਗੇ ਕਿਉਂਕਿ ਸਰਕਾਰਾਂ ਢੀਠ ਹੋ ਜਾਂਦੇ ਪਰ ਸਰਕਾਰਾਂ ਦੇ ਕੋਈ ਅਸਰ ਨਹੀਂ ਹੁੰਦਾ ਸਰਕਾਰ ਨੂੰ ਕੋਈ ਪ੍ਰਵਾਹ ਹੀ ਨਹੀਂ ਅੰਡੀਆਂ ਬੈਰੀਆਂ ਸਰਕਾਰਾਂ ਨੇ ਇਸ ਟਾਈਮ ਠੀਕ ਹੈ ਉਹਨਾਂ ਕੋਲ ਫਿਰ ਆਮ ਨਾਗਰਿਕ ਜਿਹੜਾ ਹੈਗਾ ਉਸਦੀ ਜ਼ਿੰਦਗੀ ਦਾ ਕੋਈ ਮਤਲਬ ਹੀ ਨਹੀਂ ਉਹਨਾਂ ਨੂੰ ਪਤਾ ਹੈ ਕਿ ਪ੍ਰਦਰਸ਼ਨ ਥੋੜੇ ਟਾਈਮ ਕਰ ਲੈਣਗੇ ਥੋੜੇ ਟਾਈਮ ਹਾਰ ਕੇ ਆਪੇ ਬੈਠ ਜਾਣਗੇ ਪ੍ਰਸ਼ਾਸਨ ਆਪਣੇ ਵਿੱਚ ਪੈ ਜਾਊਗੀ ਤੇ ਹੌਲੀ ਹੌਲੀ ਸਾਰਾ ਕੁਝ ਠੰਡੇ ਵਾਸਤੇ ਫਿਰਾ ਜਾਣਾ ਇਹ ਲੋਕਾਂ ਨੇ ਆਪਣੇ ਕੰਮਾਂ ਕਾਰਾਂ ਤੇ ਲੱਗ ਜਾਣਾ ਪਰ ਫਿਰ ਉਹੀ ਗੱਲ ਆ ਜਾਂਦੀ ਹੈ ਨਾ ਤੇ ਸਭ ਤੋਂ ਵੱਡੀ ਗੱਲ ਦੇਪਨ ਜੀ ਇਹੀ ਹੈ ਜਦੋਂ ਲੋਕ ਪ੍ਰਦਰਸ਼ਨ ਕਰਦੇ ਆਪਣੇ ਆਪੇ ਤੋਂ ਬਾਹਰ ਜਾਂਦੇ ਆ ਤਾਂ ਪੰਜਾਬ ਪੁਲਿਸ ਨੂੰ ਹਦਾਇਤ ਦਿੰਦੇ ਵੀ ਲਾਠੀ ਚਾਰਜ ਕਰ ਦਿਓ ਪਾਣੀ ਦੇ ਬੁਸ਼ਾਰਾਂ ਛੱਡ ਦਿਓ ਜੀ ਇਹ ਸਾਰਾ ਕੁਝ ਜੋ ਵੀ ਕਰਨ ਤੋਂ ਬਾਅਦ ਉਹਨੂੰ ਪਤਾ ਕਿ ਅਸੀਂ ਕਾਬੂ ਸਟੇਡੀ ਕਰ ਲੈਣੀ ਹੈ ਸਾਰੀ ਸਥਿਤੀ ਕਾਬੂ ਕਰਕੇ ਚਲੋ ਇਹ ਸਾਰਾ ਕੰਮ ਖਤਮ ਹੋ ਜਾਣਾ ਪਰ ਇੱਥੋਂ ਇਹ ਚੀਜ਼ਾਂ ਦੇ ਹੱਲ ਨਹੀਂ ਹੁੰਦੇ ਹੁਣ ਦੇਖਿਆ ਜਾਵੇ ਇੱਕ ਘਟਨਾ ਹੋਈ ਹੈ ਬੋਰਵੈਲ ਦੀ ਜੀ ਤੁਹਾਨੂੰ ਸਾਰਾ ਇੱਕ ਗੱਲ ਦੱਸਣਾ ਚਾਹੁੰਦਾ ਇੱਕ ਬੋਰਵੈਲ ਦੀ ਘਟਨਾ ਹੋਈ ਹੈ ਜ਼ਰੂਰੀ ਨਹੀਂ ਕੱਲ ਨੂੰ ਬੋਰਵੈਲ ਦੀ ਘਟਨਾ ਹੋਏਗੀ ਜੀ ਕੋਈ ਹੋਰ ਘਟਨਾ ਵੀ ਹੋ ਸਕਦੀ ਹੈ ਨਾ ਹੋਵੇ ਆਪਾਂ ਚਾਹੁੰਦੇ ਚਾਹੁੰਦੇ ਹੋਵੇ ਬਾਈ ਚਾਂਸ ਕੋਈ ਹੋਰ ਘਟ ਜ਼ਰੂਰੀ ਨਹੀਂ ਬੰਦਾ ਬੋਰਵੈਲ ਚ ਹੀ ਕਰੂਗਾ ਜੀ ਕਿੱਦਾਂ ਦੀ ਘਟ ਸੜਕਾਂ ਦੇ ਐਕਸੀਡੈਂਟ ਵੀ ਕਿੱਦਾਂ ਦੇ ਹੋ ਜਾਂਦੇ ਨੇ ਤੁਹਾਨੂੰ ਮੈਂ ਗੱਲ ਦੱਸਦਾ ਇਹ ਥੋੜੇ ਨਾ ਪਹਿਲਾਂ ਖਬਰ ਆਈ ਸੀ ਇੱਕ ਕਿ ਟਰੈਲੀ ਖੜੀ ਸੀ ਉਹਦੇ ਵਿੱਚ ਸਰੀ ਸੀ ਕਾਫੀ ਲੰਬੇ ਲੰਬੇ ਜੀ ਲਾਈਟ ਘੱਟ ਸੀ ਉਸ ਲਾਈਟ ਨਹੀਂ ਸੀਗੀ ਤੇ ਗੱਡੀ ਵਾਲਾ ਆਇਆ ਉਹਨੇ ਜੋ ਵੀ ਉਹਨੇ ਟਰੈਲੀ ਜੀ ਨੇ ਉਸ ਬੰਦੇ ਦੀ ਜੋ ਗਰਦਨ ਸੀਗੀ ਉਹ ਗਰਦਨ ਬਾਡੀ ਉਹਨੇ ਪਿਛਲੇ ਸੀਟ ਤੇ ਮਾਰੀ ਬੰਦੇ ਦੀ ਜੀ ਹੁਣ ਇਹ ਘਟਨਾ ਕਿਹੜਾ ਛੋਟੀ ਘਟਨਾ ਹੈ ਜੀ ਪ੍ਰਸ਼ਾਸਨ ਉਹਦੇ ਵੀ ਫੇਲ ਹੈ ਦੀਪਨ ਜੀ ਪਰ ਇੱਕ ਚੀਜ਼ ਨੂੰ ਫੋਕਸ ਨਾ ਕਰ ਲਓ ਆਪਾਂ ਕਿ ਅੱਗੇ ਦੀ ਵੀ ਬੰਦਾ ਬੋਰਵੈਲ ਚ ਹੀ ਕਰੂਗਾ ਬੱਚਾ ਆਪਾਂ ਉਹਦੇ ਲਈ ਤਿਆਰ ਹੋ ਜਾਓ ਉਸ ਲਈ ਵੀ ਤਿਆਰ ਹੋ ਥਿਊਰੀਆਂ ਘਟਨਾ ਵੈਸੀ ਹੋ ਰਹੀਆਂ ਨੇ ਆਪਾਂ ਨੂੰ ਹਰੇਕ ਘਟਨਾ ਦੇ ਉੱਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਲੋਕਾਂ ਨੂੰ ਘਟਨਾ ਹੋਣ ਤੋਂ ਬਾਅਦ ਨਹੀਂ ਪਹਿਲਾਂ ਉੱਥੇ ਜਾਮ ਲਾਣਾ ਚਾਹੀਦਾ ਨਾ ਘਟਨਾ ਤੋਂ ਇਸ ਚੀਜ਼ ਦੇ ਉੱਤੇ ਸਰਕਾਰ ਧਿਆਨ ਦੇਵੇ ਘਟਨਾ ਹੋਣ ਤੋਂ ਬਾਅਦ ਆਪਾਂ ਕੁਝ ਨਹੀਂ ਕਰ ਸਕਦੇ ਤੇ ਦੀਪਨ ਜੀ ਘਟਨਾ ਜੋ ਵਾਪਰ ਜਾਂਦੀ ਹੈ ਜੋ ਆਪਣਾ ਨੁਕਸਾਨ ਹੋ ਗਿਆ ਭਰਪਾਈ ਨਹੀਂ ਹੋ ਪਾਉਂਦੀ ਉਹੀ ਗੱਲ ਕਹਿੰਦੇ ਕਿ ਇੱਕ ਘਟਨਾ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਲੱਗ ਲੱਗ ਘਟਨਾ ਹੁੰਦੀਆਂ ਨੇ ਕਿੱਥੇ ਕੁਛ ਹੋ ਗਿਆ ਕਿੱਥੇ ਕੁਛ ਹੋ ਗਿਆ ਆਪਾਂ ਆਮ ਦੇ ਖਬਰਾਂ ਦੇਖਦੇ ਪਏ ਆ ਤੇ ਹਰੇਕ ਦੇ ਵਾਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਸਰਕਾਰ ਨੂੰ ਚਾਹੀਦਾ ਕਿ ਉਹ ਕੀਮਤ ਸਮਝੇ ਨਾਗਰਿਕਾਂ ਦੀ ਵਾਸੀਆਂ ਦੇ ਉੱਥਿਆਂ ਦੀ ਇਹਨਾਂ ਦੀ ਕੀਮਤ ਸਾਡੇ ਲਈ ਬਹੁਤ ਕੀਮਤੀ ਹੈ ਕਿਉਂਕਿ ਸਰਕਾਰਾਂ ਲੋਕਾਂ ਨਾਲ ਬਣਦੀਆਂ ਨੇ ਤੇ ਲੋਕਾਂ ਦੇ ਜੋ ਜਹੂਮ ਹੁੰਦਾ ਉਹਨਾਂ ਦੀ ਜੋ ਰੱਖਿਆ ਕਰਨ ਦਾ ਫਰਜ਼ ਲੋਕਾਂ ਦੇ ਵੋਟਾਂ ਲੈ ਕੇ ਹਰ ਉਸ ਫਤਿਹਵੀਰ ਸਿੰਘ ਦੇ ਜੋ ਦਾਦਾ ਸੀਗੇ ਹਨਾ ਉਹਨਾਂ ਨੇ ਖੁਦ ਕਿਹਾ ਕਿ ਸਾਡਾ ਸਾਡੇ ਵੱਲੋਂ ਚੁਣੀ ਹੋਈ ਸਾਡੇ ਤੋਂ ਵੋਟਾਂ ਲੈ ਕੇ ਸਰਕਾਰ ਆ ਸਾਡੇ ਥੱਪੜ ਮਾਰਦੀ ਪਈ ਆ ਸਾਡੇ ਨਹੀਂ ਸੁਣਦੀ ਪਈ ਆ ਉਹ ਸਰਕਾਰ ਨੂੰ ਸਾਡੇ ਤੋਂ ਕੋਈ ਮਤਲਬ ਹੀ ਨਹੀਂ ਅੱਜ ਜੀ ਕਿਉਂਕਿ ਜਦੋਂ ਕਿਸੇ ਤੇ ਪੈਂਦੀ ਆ ਆਪਾਂ ਕਹੇ ਜਾਂਦੇ ਵੀ ਜਿਸ ਤੋਂ ਪੈਂਦੀ ਆ ਉਸ ਬੰਦੇ ਨੂੰ ਪਤਾ ਹੁੰਦਾ ਉਹਦੇ ਹਾਲਾਤਾਂ ਦਾ ਦੁੱਖ ਦਾ ਤੇ ਦੂਜਿਆਂ ਦੀ ਹਾਸੇ ਮਜ਼ਾਕ ਦੀ ਗੱਲ ਹੁੰਦੀ ਹੈ ਸੋ ਇਹੀ ਇੱਥੇ ਵੀ ਵੇਖਣ ਨੂੰ ਮਿਲਿਆ ਹਾਸੇ ਮਜ਼ਾਕ ਹੀ ਵੇਖ ਤੇ ਜਾਂਦੇ ਹੋਏ ਇੱਥੇ ਮੈਂ ਇਹੀ ਗੱਲ ਕਹਿਣਾ ਚਾਹਾਂਗਾ ਕਿ ਕੱਲ ਫਤਿਹਵੀਰ ਸਿੰਘ ਦਾ ਜਨਮ ਦਿਨ ਸੀ ਤੇ ਅੱਜ ਉਸਦਾ ਸੰਸਕਾਰ ਕੀਤਾ ਜਾ ਰਿਹਾ ਹੈ ਜੀ ਅੱਜ ਉਸਦਾ ਸੰਸਕਾਰ ਹੋ ਜਾਣਾ ਹੈ ਇਹ ਘਟਨਾ ਇੱਥੇ ਹੀ ਸਮਾਪਤ ਹੋ ਗਿਆ ਇਹ ਜਿਹੜਾ ਮਿਸ਼ਨ ਸੀ ਗਿਆ ਮਿਸ਼ਨ ਫਤਿਹਵੀਰ ਹੈ ਨਾ ਇਹ ਸਮਾਪਤ ਹੋ ਚੁੱਕਿਆ ਇੱਥੇ ਉਹ ਸੰਸਕਾਰ ਉਸਦਾ ਹੋ ਗਿਆ ਪਰ ਹੁਣ ਇਹੀ ਹੈ ਕਿ ਲੋਕ ਆਪ ਜਾਗਣ ਤੇ ਸਰਕਾਰ ਨੂੰ ਜਗਾਉਣ ਲਈ ਪਹਿਲਾਂ ਤੋਂ ਹੀ ਕਿਸੇ ਘਟਨਾ ਨੂੰ ਹੋਣ ਤੋਂ ਪਹਿਲਾਂ ਹੀ ਲੋਕੀ ਸਰਕਾਰ ਨੂੰ ਜਗਾਉਣ ਤੇ ਉਸ ਦੇ ਉੱਤੇ ਕੰਮ ਕੀਤਾ ਜਾਵੇ ਤਾਂ ਕਿ ਐਦਾਂ ਦੀ ਕੋਈ ਵੀ ਘਟਨਾ ਜੀ ਨਾ ਵਾਪਰ ਦੇ ਵਿੱਚ ਕਦੇ ਵੀ ਨਾ ਵਾਪਰੇ ਜੀ ਜੀ ਤੁਸੀਂ ਬਿਲਕੁਲ ਸਹੀ ਕਿਹਾ ਦੀਪਨ ਜੀ ਵੀ ਲੋਕਾਂ ਨੂੰ ਇਹ ਜੋ ਮਿਸ਼ਨ ਸੀਗਾ ਮਿਸ਼ਨ ਫਤਿਹਵੀਰ ਸਿੰਘ ਜੋ ਕਿ ਪੂਰਾ ਹੋ ਚੁੱਕਿਆ ਵੈਸੇ ਉਮੀਦ ਸੀਗੀ ਵੀ ਸ਼ਾਇਦ ਫਤਿਹਵੀਰ ਸਿੰਘ ਬਚ ਜਾਊਗਾ ਪਰ ਸਭ ਤੋਂ ਵੱਡਾ ਪਰਮਾਤਮਾ ਹੁੰਦਾ ਪਰਮਾਤਮਾ ਦੇ ਭਾਣਾ ਨੂੰ ਮੰਨਣ ਦਾ ਜੋ ਪਰਮਾਤਮਾ ਨੇ ਭਾਣਾ ਵਰਤਾਇਆ ਸੀ ਉਮੀਦ ਕਰਦੇ ਹਾਂ ਕਿ ਉਸਦੇ ਮਾਪਿਆਂ ਨੂੰ ਹਿੰਮਤ ਬਖਸ਼ੇ ਤਾਕਤ ਬਖਸ਼ੇ ਬਲ ਬਖਸ਼ੇ ਵੀ ਜੋ ਇਸ ਭਾਣ ਨੂੰ ਉਹ ਮੰਨ ਸਕਣ ਅਤੇ ਉਸਦੇ ਨਾਲ ਹੀ ਦੀਪਨ ਜੀ ਇਹ ਵੀ ਕਹਿਣਾ ਚਾਹਾਂਗੇ ਕਿ ਜੋ ਤੁਸੀਂ ਗੱਲ ਕਹੀ ਹੈ ਬਿਲਕੁਲ ਸਹੀ ਹੈ ਵੀ ਹੁਣ ਲੋਕਾਂ ਨੂੰ ਖੁਦ ਜਾਗਣਾ ਪਊਗਾ ਖੁਦ ਲੋਕ ਜਾਗਣਗੇ ਤਾਂ ਸਰਕਾਰਾਂ ਜਾਗਣਗੀਆਂ ਤਾਂ ਪ੍ਰਸ਼ਾਸਨ ਜਾਗੂਗਾ ਤਾਂ ਜੋ ਫੇਰ ਦੁਬਾਰਾ ਅਜਿਹੀ ਵੀ ਕਿਸੇ ਦੀ ਵੀ ਜਾਨ ਨਾ ਜਾਵੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਸਾਨੂੰ ਦਿਓ ਇਜਾਜ਼ਤ ਧੰਨਵਾਦ।